श्रोमणी अकाली दल के सबका संसद मैंबर प्रोफेसर प्रेम सिंह चंदूमाजरा का कहना है कि मुख्यमंत्री कैप्टन अमरिंदर सिंह ने पंजाब के नौजवानों नाल धोखा किया है। नौजवानों 50 लाख स्मार्टफोन देने का झूठा वादा करके कैप्टन ने सत्ता हासिल की सी, जिस कारण हुण नौजवान वर्ग में रोस है। इस दे नाल ही उन्होंने कहा कि पंजाब के अधिकार खेत्र में केंद्र की दखलअंदाजी अकाली दल स्वीकार नहीं करेगा। ਸਮਾਰਟਫੋਨ ਜਿਹੜੇ ਦੇ ਰਹੇ ਜਾ ਰਹੇ ਅੱਜ ਦੇ ਬਾਰੇ ਕੀ ਕਹਿੰਦੇ ਆ? ਅੱਜ ਅੰਤਰਰਾਸ਼ਟਰੀ ਯੂਥ ਡੇ ਆ, ਪਰ ਮੈਂ ਕਹਿ ਸਕਦਾ ਵੀ ਸਭ ਤੋਂ ਵੱਧ ਜੇ ਵਿਸ਼ਵਾਸਘਾਤ ਧੋਖਾ ਕਿਸੇ ਨਾਲ ਹੋਇਆ ਅੱਜ ਯੂਥ ਦੇ ਅੰਤਰਰਾਸ਼ਟਰੀ ਦਿਨ 'ਤੇ, ਤਾਂ ਪੰਜਾਬ ਦੇ ਨੌਜਵਾਨਾਂ ਨਾਲ ਹੋਇਆ। ਦੇਖੋ, 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕਰਕੇ ਸਰਕਾਰ ਸੱਤਾ 'ਚ ਆਈ, ਹਰ 18 ਸਾਲ ਤੋਂ ਲੈ ਕੇ 35 ਸਾਲ ਦੇ ਨੌਜਵਾਨ ਨੂੰ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਮੁੱਕਰ ਕੇ ਕਹਿਣ ਲੱਗੇ ਵੀ ਸਿਰਫ ਵਿਦਿਆਰਥੀਆਂ ਨੂੰ ਦਿੱਤਾ ਜਾਏਗਾ, ਫਿਰ ਕਹਿੰਦੇ ਸਿਰਫ ਸੈਕੰਡਰੀ ਸਕੂਲਾਂ ਵਿੱਚ ਹੀ ਦਿੱਤਾ ਜਾਏਗਾ, ਫਿਰ ਕਹਿਣ ਲੱਗੇ ਵੀ ਜਿਨ੍ਹਾਂ ਕੋਲ ਹੈ ਨੇ ਸਮਾਰਟਫੋਨ ਉਹਨਾਂ ਨੂੰ ਨਹੀਂ ਦਿੱਤਾ ਜਾਏਗਾ, ਦੂਜਿਆਂ ਨੂੰ ਦਿੱਤਾ ਜਾਏਗਾ। ਕਰਦੇ ਕਰਾਉਂਦੇ ਅੱਜ ਜਿਹੜੇ ਵੱਡੇ ਜਾ ਰਹੇ ਨੇ 50,000 ਸਮਾਰਟਫੋਨ, ਉਹ ਕੇਵਲ SC ਭਾਈਚਾਰੇ ਦੀਆਂ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੇ ਜਾ ਰਹੇ। ਮਤਲਬ ਜਿਵੇਂ ਨਾ ਛਾਂਗ ਛਾਂਗ ਕੇ ਸਤੀਰ ਨੂੰ ਘੜ ਘੜ ਕੇ ਗੁੱਲੀ ਬਣ ਜਾਂਦੀ ਆ, ਉਹ ਕੰਮ ਕੀਤਾ। ਯਾਨੀ ਵਾਅਦਿਆਂ ਨੂੰ ਛਾਂਗਣ ਵਾਲੀ ਕਹਿ ਸਕਦੇ ਹਾਂ, ਵਾਅਦਿਆਂ ਤੋਂ ਮੁੱਕਰਨ ਵਾਲੀ ਕਹਿ ਸਕਦੇ ਹਾਂ, ਵਾਅਦਿਆਂ ਤੋਂ ਭੱਜਣ ਵਾਲੀ ਕਹਿ ਸਕਦੇ ਹਾਂ। ਇਹ ਸਰਕਾਰ ਦਾ ਨਾਂ ਦਿੱਤਾ ਜਾ ਸਕਦਾ। ਪਹਿਲਾਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੇ ਵਿੱਚ ਵੀ ਇਸ ਤਰ੍ਹਾਂ ਛੰਗਾਈ ਹੋਈ, ਹੁਣ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਮਸਲੇ 'ਚ ਵੀ ਸੇਮ ਪ੍ਰੋਸੀਜਰ ਅਡਾਪਟ ਕੀਤਾ ਗਿਆ। ਮਤ ਜਿਵੇਂ ਨਾ ਦੁੱਧ ਦਿੱਤਾ ਦਿੱਤਾ ਮਿਕਣਾ ਪਾ ਕੇ, ਹੁਣ ਸਮਾਰਟਫੋਨ 3.5 ਸਾਲਾਂ ਬਾਅਦ ਦੇਣ ਵੀ ਲੱਗੇ, ਉਹ ਵੀ ਮਤਲਬ 1% ਵਾਅਦੇ ਤੋਂ, ਯਾਨੀ 1% ਵੀ ਪੂਰਾ ਨਹੀਂ ਉੱਤਰ ਰਹੇ। ਸੋ ਇਹ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਪੰਜਾਬ ਦੀ ਬਦਕਿਸਮਤੀ ਆ। ਪੰਜਾਬ ਦੇ ਵਿੱਚ ਅੱਜ ਦਿਨ ਕਿਸਾਨ ਆ ਜਿਹੜੇ ਉਹ ਮਰ ਰਹੇ ਨੇ, ਲੇਕਿਨ ਸਿਰਫ ਅਕਾਲੀ ਦਲ ਪ੍ਰੋਟੈਸਟ ਹੀ ਕਰ ਰਿਹਾ, ਇਸ ਤੋਂ ਇਲਾਵਾ ਹੋਰ ਕੁਛ ਕੋਈ ਪਾਰਟੀ ਨਹੀਂ ਕਰ ਰਹੀ। ਦੇਖੋ, ਗੱਲ ਇਹ ਆ ਵੀ ਕਿਸਾਨਾਂ ਦੀ ਵਾਕਈ ਸਮੱਸਿਆ ਬਹੁਤ ਆ। ਕਿਸਾਨ ਨਾ ਕੇਵਲ ਪੰਜਾਬ ਬਲਕਿ ਦੇਸ਼ ਦੇ ਅੰਦਰ ਹੀ ਕਿਸਾਨੀ ਨੂੰ ਕਈ ਸੰਕਟਾਂ 'ਚੋਂ ਗੁਜ਼ਰਨਾ ਪੈ ਰਿਹਾ, ਔਰ 70-72 ਸਾਲਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਜ਼ਿੰਮੇਵਾਰ ਨੇ ਅੱਜ ਕਿਸਾਨੀ ਦੀ ਮਾੜੀ ਦਸ਼ਾ ਲਈ। ਕਿਸਾਨੀ ਨੂੰ ਕਿਤੇ ਵੀ ਪ੍ਰਾਥਮਿਕਤਾ 'ਤੇ ਨਹੀਂ ਲਿਆ ਗਿਆ, ਔਰ ਕਿਸਾਨ ਦੀ ਉਪਜ ਦੇ ਭਾਅ ਵੀ ਸਹੀ ਨਹੀਂ ਮਿਲੇ, ਕਿਸਾਨ ਨੂੰ ਕਰਜ਼ਾ ਦੇਣ ਦੀ ਨੀਤੀ ਵੀ ਸਹੀ ਨਹੀਂ ਹੋਈ, ਕੁਦਰਤੀ ਆਫਤਾਂ ਤੋਂ ਬਚਾਉਣ ਦੇ ਵੀ ਪ੍ਰਬੰਧ ਸਹੀ ਨਹੀਂ ਹੋਏ, ਪਰ ਕਿਸਾਨੀ ਨੂੰ ਹਰ ਪਾਸੇ ਮਾਰ ਪਈ, ਜਿਹਦੇ ਕਰਕੇ ਅੱਜ ਕਿਸਾਨੀ ਘਾਟੇ ਚਲੀ ਗਈ ਆ। ਔਰ ਉਹਦੇ ਲਈ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਯਤਨ ਆ ਵੀ ਜਿੱਥੇ ਵੀ ਇੱਕ ਗੱਲ ਬੜੀ ਕਲੀਅਰ ਆ, ਆਹ ਜਿਹੜੇ ਹੁਣ ਆਰਡੀਨੈਂਸ ਆਏ ਨੇ, ਭਾਵੇਂ ਜਿੰਨਾ ਮਰਜ਼ੀ ਕਰਾਉ ਪਾਵੇ, ਕਿ ਜੇ ਕਿਸਾਨ ਦੇ ਹਿੱਤ ਨੂੰ ਕੋਈ ਨੁਕਸਾਨ ਹੋਏਗਾ ਤਾਂ ਅਕਾਲੀ ਦਲ ਬਿਲਕੁਲ ਉਸ ਆਰਡੀਨੈਂਸ ਦੀ, ਉਸ ਐਕਟ ਦੀ, ਕਾਨੂੰਨ ਦੀ ਸਪੋਰਟ ਨਹੀਂ ਕਰੇਗਾ। ਔਰ ਜੇ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਕੇਂਦਰ ਦੀ ਕਿਸੇ ਪਾਸੇ ਵੀ ਦਖਲਅੰਦਾਜ਼ੀ ਹੋਈ ਤਾਂ ਉਹਨੂੰ ਵੀ ਅਕਾਲੀ ਦਲ ਕਦੇ ਸਵੀਕਾਰ ਨਹੀਂ ਕਰੇਗਾ। ਇਹ ਕਿਉਂਕਿ ਅਕਾਲੀ ਦਲ ਦੀ ਪਹਿਚਾਣ ਇਸ ਗੱਲ 'ਤੇ ਆ, ਕਿਸਾਨ ਦੇ ਹਿੱਤਾਂ ਦੇ ਪਹਿਰੇਦਾਰ ਦੇ, ਪੰਜਾਬ ਦੇ ਹੱਕਾਂ ਦੇ ਲੰਬੜਦਾਰ ਦੇ, ਔਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮਸਲੇ 'ਚ। ਸੋ ਇਹਨੂੰ ਕਿਤੇ ਵੀ ਖੋਰਾ ਲੱਗੇਗਾ ਤਾਂ ਸਭ ਤੋਂ ਵੱਧ ਰੌਲਾ ਅਕਾਲੀ ਦਲ ਪਾਏਗਾ।